ਸੀ ਕਿ ਮੈਂ ਦਿੱਲੀ ਵਿੱਚ 42 ਵਿੱਚ ਆ ਗਿਆ ਸੀ ਅਤੇ ਮੇਰੇ ਡੈਸਕ ਦੇ ਉੱਤੇ ਮੇਰੇ ਨਾਲ ਦਾ ਲੜਕਾ ਜਿਹੜਾ ਸੀ ਉਹਨੂੰ ਡਰਾਇੰਗ ਦਾ ਸ਼ੌਕ ਸੀ ਫੋਕ ਆਰਟ ਕਰਦੇ ਸੀ ਉਹਦੇ ਮਾਂ ਬਾਪ ਅਤੇ ਉਹਨੂੰ ਦੇਖ ਕੇ ਮੈਂ ਵੀ ਸੋਚਿਆ ਮੈਂ ਵੀ ਲਿਖਾਂ ਮਾਰਾਂ ਅਤੇ ਇੱਦਾਂ ਇੱਦਾਂ ਮੈਨੂੰ ਥੋੜ੍ਹਾ ਥੋੜ੍ਹਾ ਡਰਾਇੰਗ ਦਾ ਸ਼ੌਕ ਹੋ ਗਿਆ ਅਤੇ ਮੈਨੂੰ ਲੱਗਿਆ ਕਿ ਮੈਂ ਡਰਾਇੰਗ ਅੱਛੀ ਕਰ ਸਕਦਾ ਸਕੂਲ ਦੇ ਵਿੱਚ ਫਿਰ ਡਰਾਇੰਗ ਮਾਸਟਰ ਨੇ ਇਨਕਰੇਜ ਕੀਤਾ ਇਸ ਦੇ ਉੱਤੇ ਅਤੇ ਮੈਂ ਕਈ ਤਰ੍ਹਾਂ ਦੀਆਂ ਐਵੇਂ ਜਿੱਦਾਂ ਹੁੰਦੀਆਂ ਨੇ ਕਦੀ ਹਨੂੰਮਾਨ ਬਣਾ ਲਿਆ ਕਦੀ ਰਾਣਾ ਪ੍ਰਤਾਪ ਬਣਾ ਲਿਆ ਅਤੇ ਇੱਦਾਂ ਮੈਨੂੰ ਸ਼ੌਕ ਸ਼ੁਰੂ ਹੋਇਆ ਫਿਰ ਜਿਸ ਵੇਲੇ ਮੈਂ 10ਵੀਂ ਪਾਸ ਕਰ ਲਈ ਅਤੇ ਮੈਂ ਸੋਚਿਆ ਕਿ ਹੁਣ ਮੈਂ ਉਹ ਤਦ ਤੱਕ ਮੈਂ ਸੋਚ ਲਿਆ ਕਿ ਮੈਂ ਇੱਕ ਪੇਂਟਰ ਬਣਾਂਗਾ ਆਰਟਿਸਟ ਬਣਾਂਗਾ ਅਤੇ ਉਹ ਲੇਕਿਨ ਗਾਈਡ ਕਰਨ ਵਾਲਾ ਕੋਈ ਨਹੀਂ ਸੀ ਮੈਨੂੰ ਉੱਥੇ ਅਤੇ ਮੈਨੂੰ ਇਹ ਦੱਸਿਆ ਕਿਸੇ ਨੇ ਲੋਕਾਂ ਨੇ ਵੀ ਬੰਬੇ ਵਿੱਚ ਜੇ ਸਕੂਲ ਆਫ ਆਰਟ ਹੈ ਉੱਥੇ ਤੁਸੀਂ ਜਾ ਕੇ ਕਰ ਸਕਦੇ ਹੋ ਅਤੇ ਪਰ ਘਰ ਦੇ ਪ੍ਰੋਬਲਮ ਕੁਛ ਇਸ ਤਰ੍ਹਾਂ ਸੀ ਮਾਈਕ ਪ੍ਰੋਬਲਮਸ ਕਿ ਉਹ ਕਹਿੰਦੇ ਸੀ ਤੂੰ ਫਟਾਫਟ ਟਾਈਪ ਸਿੱਖ ਅਤੇ ਨੌਕਰੀ ਕਰ ਕਲਰਕ ਦੀ ਨੌਕਰੀ ਕਰ ਉਹ ਮੇਰੇ ਵੱਡੇ ਭਰਾ ਵੀ ਨੌਕਰੀ ਕਰਦੇ ਸੀ ਦੂਸਰੇ ਭਰਾ ਵੀ ਨੌਕਰੀ ਕਲਰਕ ਦੀ ਕਰਦੇ ਸੀ ਫਿਰ ਮੈਂ ਉਹ ਲੰਬੀ ਕਹਾਣੀ ਹੈ ਕਿ ਮੈਂ ਘਰੋਂ ਨੱਸ ਗਿਆ ਅਤੇ ਬੰਬੇ ਚਲਾ ਗਿਆ ਮੈਂ ਚੋਰੀ ਚੋਰੀ ਘਰੋਂ ਥੋੜ੍ਹੇ ਜਿਹੇ 19-20 ਰੁਪਏ ਇਕੱਠੇ ਕੀਤੇ ਕਦੀ ਸਬਜ਼ੀ ਲੈਣ ਗਿਆ ਉਹਦੇ 'ਚ 2 ਰੁਪਏ 2 ਆਨੇ ਬਚਾ ਲਏ ਕਦੇ 4 ਆਨੇ ਬਚਾ ਲਏ ਕੁਛ ਜੇਬ 'ਚੋਂ ਕਿਸੇ 'ਚ ਕੱਢ ਕੇ 2 ਰੁਪਏ ਜੇਬ 'ਚ ਪਾ ਲਏ ਅਤੇ ਮੈਂ ਟ੍ਰੇਨ 'ਚ ਬੈਠ ਕੇ ਬੰਬੇ ਤੁਰ ਪਿਆ ਅਤੇ ਮੈਂ ਸੋਚਿਆ ਬੰਬੇ 'ਚ ਮੈਨੂੰ ਚਾਹੀਦੇ ਹੋਣਗੇ ਪੈਸੇ ਅਤੇ ਮੈਂ ਟਿਕਟ ਨਹੀਂ ਲਈ ਵੀ ਲੋਕ ਬਿਨਾਂ ਟਿਕਟ ਕਰਦੇ ਨੇ ਅਤੇ ਮੈਂ ਵੀ ਬਿਨਾਂ ਟਿਕਟ ਕਰ ਲੈਂਦਾ ਸਫ਼ਰ ਅਤੇ ਪਰ ਮੇਰੀ ਖੁਸ਼ਕਿਸਮਤੀ ਜਾਂ ਬਦਕਿਸਮਤੀ ਖੁਸ਼ਕਿਸਮਤੀ ਮੈਂ ਜ਼ਿਆਦਾ ਕਹਾਂਗਾ ਕਿ ਜਿਸ ਵੇਲੇ ਸਵੇਰੇ ਅੱਖ ਖੁੱਲ੍ਹੀ ਤਾਂ ਝਾਂਸੀ ਤੋਂ ਅੱਗੇ ਇੱਕ ਰੇਲਵੇ ਸਟੇਸ਼ਨ ਸੀ ਗੰਜ ਬਸੋਡਾ ਮੇਰੇ ਦਿਲ ਵਿੱਚ ਬਹੁਤ ਬੈਠਿਆ ਹੋਇਆ ਮੈਂ ਕਈ ਵਾਰ ਫਿਰ ਉੱਥੇ ਗਿਆ ਉੱਥੇ ਟ੍ਰੇਨ ਠਹਿਰੀ ਅਤੇ ਟੀ ਟੀ ਵੀ ਆ ਗਿਆ ਟੀ ਟੀ ਚੈੱਕ ਕਰਦਾ ਪਿਆ ਸੀ ਪਹਿਲਾਂ ਹੀ ਚੈੱਕ ਕਰ ਰਿਹਾ ਸੀ ਉਹਨੇ ਮੈਨੂੰ ਫੜ ਲਿਆ ਕਿ ਤੇਰੀ ਟਿਕਟ ਕਿੱਥੇ ਆ ਮੈਂ ਐਵੇਂ ਜਿੰਮਾਂ ਜੁੰਮਾਂ ਮਾਰੀ ਫੋਲੀਆਂ ਮੈਂ ਕਿਹਾ ਕਿ ਉਹ ਗਵਾਚ ਗਏ ਗਵਾਚ ਗਏ ਅਤੇ ਉਹਨੇ ਤਲਾਸ਼ੀ ਤਲੂਸ਼ੀ ਲਈ ਮੈਂ ਪੈਸੇ ਜਿਹੜੇ ਸੀ ਉਹ ਪੱਗ ਵਿੱਚ ਲਪੇਟੇ ਹੋਏ ਸੀ ਅਤੇ ਉਹਨੇ ਗੰਜ ਬਸੋਡਾ 'ਚ ਸਵੇਰੇ ਗੱਡੀ ਖੜ੍ਹੀ ਹੋਈ ਮੈਨੂੰ 2 ਚਪੇੜਾਂ ਮਾਰੀਆਂ ਅਤੇ ਪਲੇਟਫਾਰਮ 'ਤੇ ਉਤਾਰ ਦਿੱਤਾ ਅਤੇ ਸਵੇਰੇ 5 ਵਜੇ ਹੋਣੇ ਆ 5:30 ਵਜੇ ਹੋਣੇ ਆ ਅਤੇ ਹਨੇਰਾ ਨਹੀਂ ਸੀ ਨਾ ਜਾਣਨਾ ਸੀ ਅਤੇ ਕਿਸਮਤ ਸਾਜਿਆ ਰੇਲਵੇ ਸਟੇਸ਼ਨ 'ਤੇ ਦੇਖ ਕੇ ਦੇਖਿਆ ਵੀ ਗੰਜ ਬਸੋਡਾ ਕਿੱਥੇ ਗਏ ਹੈਂ ਅਤੇ ਬੰਬਈ ਤੋਂ ਕਿੰਨੀ ਕੁ ਨੇੜੇ ਆ ਉਹ ਤਾਂ ਦੇਖਿਆ ਬੰਬਈ ਹਾਲੇ ਬਹੁਤ ਦੂਰ ਹੈ ਅਤੇ ਖੈਰ ਮੈਂ ਬਾਹਰ ਸਟੇਸ਼ਨ 'ਤੇ ਆਇਆ ਅਤੇ ਚਾਹ ਚੂ ਪੀਤੀ ਅਤੇ ਕੋਈ ਸਵਾਰੀ ਉਹਨਾਂ ਦਿਨਾਂ ਵਿੱਚ ਹੁਣ 1950 ਦੀ ਗੱਲ ਹੈ 49 ਵਿੱਚ ਦੀ ਸ਼ਾਇਦ ਕੋਈ ਸਵਾਰੀ ਸਵਾਰੀ ਨਹੀਂ ਸੀ ਖੜ੍ਹੀ ਛੋਟਾ ਜਿਹਾ ਸਟੇਸ਼ਨ ਹੈ ਅਤੇ ਮੈਂ ਚਾਹ ਵਾਲੇ ਕੋਲੋਂ ਪੁੱਛ ਕੇ ਕਿ ਕਿੱਧਰ ਨੂੰ ਮੈਨੂੰ ਪਤਾ ਲੱਗਿਆ ਵੀ ਇਹ ਨੈਕਸਟ ਸਟੇਸ਼ਨ ਜਿਹੜਾ ਹੈਗਾ ਉਹ ਵਿਦਿਸ਼ਾ ਹੈ ਉਸ ਤੋਂ ਬਾਅਦ ਭੋਪਾਲ ਹੈ ਮੈਂ ਵਿਦਿਸ਼ਾ ਕਿੰਨੀ ਦੂਰ ਆ ਉਹਨੇ ਕਿਹਾ ਕਿ 40-45 ਜੋ ਵੀ ਕੁਛ ਸੀਗਾ ਮੈਨੂੰ ਯਾਦ ਨਹੀਂ ਮੈਂ ਪੈਦਲ ਹੀ ਤੁਰ ਪਿਆ ਉਸ ਪਾਸੇ ਰਸਤੇ ਦੇ ਵਿੱਚ ਯਾਨੀ ਕਿ ਪੈਦਲ ਤੁਰਿਆ ਮੈਨੂੰ ਇੱਦਾਂ ਲੱਗਿਆ ਰਸਤੇ ਦੇ ਵਿੱਚ ਇੱਕ ਉਦੈਪੁਰ ਦਾ ਮੰਦਰ ਆਇਆ ਇੱਕ ਗਿਆਰਸਪੁਰ ਦੇ ਮੰਦਰ ਆਏ ਫਿਰ ਸਾਂਚੀ ਦੇ ਸਤੂਪ ਆਏ ਵਿਦਿਸ਼ਾ ਸਭ ਤੋਂ ਪੁਰਾਣਾ ਸ਼ਹਿਰ ਹਿੰਦੁਸਤਾਨ ਦਾ ਅਤੇ ਉੱਥੇ ਮੈਂ ਇੱਕ ਇੱਕ ਦਿਨ ਠਹਿਰਦਾ ਠਹਿਰਦਾ ਗਿਆ ਅਤੇ ਮੈਨੂੰ ਇੱਕ ਤਾਂ ਐਡਵੈਂਚਰ ਦਾ ਪਹਿਲਾਂ ਹੀ ਥੋੜ੍ਹਾ ਸ਼ੌਕ ਸੀ ਚਾਹੇ ਕੀਤਾ ਨਹੀਂ ਸੀ ਲੇਕਿਨ ਉੱਥੋਂ ਮੈਨੂੰ ਕੁਛ ਹਿਸਟਰੀ ਦਾ ਕਲਚਰ ਦਾ ਐਡਵੈਂਚਰ ਦਾ ਫੀਲਿੰਗ ਹੋਈ ਚਾਹੇ ਮੈਂ ਜੇਬ ਵਿੱਚ ਕੁਛ ਪੈਸੇ ਉਹ ਬਹੁਤ ਹੀ ਘੱਟ ਸੀਗੇ ਅਤੇ ਕਦੀ ਕਿਸੇ ਕੋਲੋਂ ਥੋੜ੍ਹੇ ਜਿਹੇ ਛੋਲੇ ਖਾ ਲੈਣਾ ਕਦੀ ਖੇਤ 'ਚੋਂ ਛੱਲੀਆਂ ਪੁੱਟ ਕੇ ਅਤੇ ਉਹਨੂੰ ਭੁੰਨ ਕੇ ਖਾ ਲੈਣਾ ਇਸ ਤਰ੍ਹਾਂ ਕਰਦੇ ਕਰਦੇ ਮੈਂ ਸਾਂਚੀ ਪਹੁੰਚਿਆ ਅਤੇ ਸਾਂਚੀ ਦੇ ਵਿੱਚ ਵੀ
ਬੁੱਧਿਸਟ ਸਰਾਂ ਸੀਗੇ, ਉੱਥੇ ਸਰਾਂ ਵਿੱਚ ਠਹਿਰਿਆ, ਖਾਣਾ ਖੁਣਾ ਚੰਗਾ ਖਾਂਦਾ। ਉਸ ਤੋਂ ਅੱਗੇ ਫਿਰ ਮੈਂ ਸੋਚਿਆ ਕਿ ਭੋਪਾਲ ਚਲਦੇ ਹਾਂ, ਭੋਪਾਲ ਤੋਂ ਗੱਡੀ ਫੜਾਂਗੇ। ਅਤੇ ਉਹ ਰਸਤੇ ਦੇ ਵਿੱਚ ਇੱਟਾਂ ਦਾ ਠੇਕ ਉਹ ਪੱਠਾ ਸੀ, ਅਤੇ ਮੈਂ ਸੋਚਿਆ ਕਿ ਚਲੋ ਉਹਨਾਂ ਉਸ ਤੋਂ ਪਹਿਲਾਂ ਜਦੋਂ ਮੈਂ ਜਾ ਰਿਹਾ ਸੀ ਤਾਂ ਦੇਖਿਆ ਕਿ ਜਿਹੜੇ ਖਾਨਾ ਬਦੋਸ਼ ਹੈ ਉਹਨਾਂ ਦਾ ਗਰੁੱਪ ਜਾ ਰਿਹਾ, ਮੈਂ ਉਹਨਾਂ ਦੇ ਨਾਲ ਨਾਲ ਤੁਰ ਪਿਆ। ਫਿਰ ਇੱਕ ਕੋਈ ਡੇਢ ਦੋ ਦਿਨ ਉਹਨਾਂ ਨਾਲ ਮੈਂ ਤੁਰਦਾ ਰਿਹਾ, ਉਹਨਾਂ ਕੋਲ ਹੀ ਖਾਣਾ, ਉਹਨਾਂ ਦੇ ਨਾਲ ਹੀ ਸੌਣਾ। ਉਸ ਤੋਂ ਬਾਅਦ ਪੱਠਾ ਆ ਗਿਆ, ਅਤੇ ਮੇਰੇ ਪਿਤਾ ਜੀ ਕਿਸੇ ਵੇਲੇ ਪੱਠੇ ਦਾ ਕੰਮ ਕਰਦੇ ਸੀ, ਮੈਨੂੰ ਲੱਗਿਆ ਕਿ ਹੋਮਲੀ ਫੀਲ ਹੋਇਆ। ਮੈਂ ਫਿਰ ਪੱਠੇ 'ਤੇ ਜਾ ਕੇ ਅਤੇ ਉੱਥੇ ਕੋਈ 10-15 ਦਿਨ ਪੱਠੇ 'ਤੇ ਕੰਮ ਕੀਤਾ। ਪਹਿਲਾਂ ਮਜ਼ਦੂਰੀ ਦਾ, ਮਿੱਟੀ ਪੁੱਟਣ ਦਾ, ਫਿਰ ਜਦੋਂ ਉਹਨੂੰ ਪਤਾ ਲੱਗਿਆ ਇਹ ਤਾਂ ਪੜ੍ਹਿਆ ਲਿਖਿਆ ਆਦਮੀ ਹੈ ਜਿਹੜਾ ਫੋਰਮੈਨ ਸੀ, ਉਹਨੇ ਫਿਰ ਮੈਨੂੰ ਹਿਸਾਬ ਕਿਤਾਬ ਕਰਨ ਲਈ ਰੱਖ ਲਿਆ। ਫਿਰ 15-20 ਦਿਨ ਬਾਅਦ ਕੁਛ ਤਨਖਾਹ ਮਿਲੀ, ਕੁਛ ਉਸ ਫੋਰਮੈਨ ਨੇ ਮੈਨੂੰ ਆਪਣੇ ਕੋਲੋਂ ਪੈਸੇ ਦੇ ਦਿੱਤੇ ਕਿ ਜਾ ਤੂੰ ਮਾਰਚ ਕਰ, ਦਾਖਲਾ ਲਿਆ, ਉਹਨੂੰ ਸਭ ਕੁਝ ਕਹਾਣੀ ਦੇ ਦਿੱਤੀ। ਫਿਰ ਮੈਂ ਉੱਥੇ ਜਾ ਕੇ ਦਾਖਲਾ ਲਿਆ ਅਤੇ ਥੋੜ੍ਹੇ ਦਿਨ ਉੱਥੇ ਰਿਹਾ, 4-5 ਮਹੀਨੇ। ਅਤੇ ਫਿਰ ਘਰੋਂ ਬੜੀ ਚਿੰਤਾ ਸੀ ਉਹਨਾਂ ਨੂੰ, ਮੈਂ ਉਹਨੂੰ ਚਿੱਠੀ ਲਿਖੀ, ਉਹਨਾਂ ਨੇ ਫਿਰ ਅੱਗੇ ਚਿੱਠੀ ਲਿਖੀ ਤੂੰ ਆ ਜਾ ਘਰ, ਫਲਾਨੀ ਪ੍ਰੋਬਲਮ ਹੈ। ਮੈਨੂੰ ਵੀ ਕੁਛ ਪੇਟ ਗੜਬੜ ਰਹਿਣ ਲੱਗਿਆ, ਪਾਣੀ ਚੰਗਾ ਜਚਿਆ ਨਹੀਂ, ਫਿਰ ਮੈਂ ਆ ਗਿਆ। ਫਿਰ ਉਸ ਤੋਂ ਬਾਅਦ 1 ਸਾਲ ਬਾਅਦ ਫਿਰ ਜਾ ਕੇ ਮੈਂ ਦਾਖਲਾ ਲਿਆ। ਇਸ ਤਰ੍ਹਾਂ ਕਰਕੇ ਮੈਨੂੰ ਉਹ ਆਰਟ ਦਾ ਸ਼ੁਰੂਆਤ। ਵੈਸੇ ਤਾਂ ਨੌਕਰੀ ਜਿਹੜੀ ਸੀ ਮੈਂ ਕਮਰਸ਼ੀਅਲ ਆਰਟ ਦੀ ਕਰਦਾ ਸੀ, ਯਾਨੀ ਕਿ ਗ੍ਰਾਫਿਕ ਆਰਟ, ਡਿਜ਼ਾਈਨ ਬਣਾਉਣੇ, ਪੋਸਟਰ ਬਣਾਉਣੇ, ਟਾਈਟਲ ਪੇਜ ਬਣਾਉਣੇ, ਪਰ ਮੈਨੂੰ ਸ਼ੌਕ ਜਿਹੜਾ ਸੀਗਾ ਉਹ ਲੈਂਡਸਕੇਪ ਦਾ ਪਿਆ। ਅਤੇ ਲੈਂਡਸਕੇਪ ਕਰਨ ਲਈ ਫਿਰ ਜਿਸ ਵੇਲੇ ਸੈਟਰਡੇ ਸੰਡੇ ਛੁੱਟੀ ਹੁੰਦੀ ਸੀ, ਮੈਨੂੰ ਐਸੀ ਇੱਕ ਨੌਕਰੀ ਮਿਲੀ। ਫਿਰ ਬਾਅਦ ਦੇ ਵਿੱਚ 4-5 ਸਾਲ ਤੱਕ ਕਾਫੀ ਜਿਹੜੀ ਹੈ ਉਹ ਮੁਸ਼ਕਿਲ ਦੀਆਂ ਨੌਕਰੀਆਂ ਸੀਗੀਆਂ, ਬਹੁਤ ਲੋ ਪੇਡ। ਫਿਰ ਮੈਨੂੰ ਇੱਕ ਅੱਛੀ ਨੌਕਰੀ ਮਿਲ ਗਈ, ਉਹਦੇ ਵਿੱਚ ਸੈਟਰਡੇ ਅਤੇ ਸੰਡੇ ਛੁੱਟੀ ਹੁੰਦੀ ਸੀ, ਅਤੇ ਸੈਟਰਡੇ ਸੰਡੇ ਮੈਂ ਫਿਰ ਲੈਂਡਸਕੇਪ ਬਣਾ ਨਿਕਲ ਜਾਂਦਾ ਸੀਗਾ ਦਿੱਲੀ ਦੇ ਆਲੇ ਦੁਆਲੇ। ਅਤੇ ਫਿਰ ਕਦੀ ਕਦੀ ਬਾਹਰ ਚਲੇ ਜਾਣਾ, ਕਦੀ ਨੈਨੀਤਾਲ, ਕਦੀ ਸ਼ਿਮਲੇ, ਕਦੀ ਮਨਾਲੀ, ਉੱਥੇ ਫਿਰ ਮਹਾਣਾ ਦੇ ਲੈਂਡਸਕੇਪ ਬਣਾਉਣੇ।